ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ 13 'ਚ ਇਸ ਸਮੇਂ ਅਸੀਮ ਰਿਆਜ਼ ਨੇ ਖੂਬ ਘਰ 'ਚ ਬਵਾਲ ਮਚਾਇਆ ਹੋਇਆ ਹੈ। ਇੱਕ ਪਾਸੇ ਉਹ ਘਰ ਦੇ ਮਜ਼ਬੂਤ ਕੰਟੈਸਟੈਂਟ ਸਿਧਾਰਥ ਸ਼ੁਕਲਾ ਤੇ ਪਾਰਸ ਛਾਬੜਾ ਨਾਲ ਪੰਗੇ ਲੈ ਰਿਹਾ ਹੈ, ਉੱਥੇ ਹੀ ਇਮਾਨਸ਼ੀ ਖੁਰਾਨਾ ਨਾਲ ਰੋਮਾਂਟਿਕ ਹੁੰਦੇ ਵੀ ਨਜ਼ਰ ਆ ਰਿਹਾ ਹੈ। ਦਰਅਸਲ ਅਸੀਮ ਰਿਆਜ਼ ਨੇ ਜਦੋਂ ਬਿੱਗ ਬੌਸ 'ਚ ਐਂਟਰੀ ਕੀਤੀ ਸੀ ਉਦੋਂ ਉਸ ਦੀ ਪਛਾਣ ਇੱਕ ਮਾਡਲ ਵਜੋਂ ਕੀਤੀ ਗਈ ਸੀ, ਪਰ ਘੱਟ ਲੋਕ ਹੀ ਜਾਣਦੇ ਹਨ ਕਿ ਅਸੀਮ ਵਰੁਣ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੈਸੇ ਬਿੱਗ ਬੌਸ ਦੇ ਘਰ 'ਚ ਪਹਿਲੇ ਦਿਨ ਤੋਂ ਹੀ ਅਸੀਮ ਨੇ ਇਸ ਸਫ਼ਰ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।